ਸਮਰਾਲਾ ਵਿਖੇ ਅੱਜ ਮੇਨ ਬਾਜ਼ਾਰ ਵਿੱਚ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨੱਚ ਵੇਖਣ ਨੂੰ ਮਿਲਿਆ ਜਦੋਂ ਦੋ ਨੌਜਵਾਨ ਆਪਸ ਵਿੱਚ ਭਿੜ ਗਏ। ਬਾਜ਼ਾਰ ਵਿੱਚ ਆਮ ਲੋਕਾਂ ਦੇ ਸਾਹਮਣੇ ਹੋਈ ਇਸ ਗੁੰਡਾਗਰਦੀ ਦੀ ਸੀਸੀਟੀਵੀ ਵੀਡੀਓ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੀ ਤੁਰੰਤ ਹਰਕਤ ਵਿੱਚ ਆ ਗਈ। ਇਹਨਾਂ ਨੌਜਵਾਨਾਂ ਤੇ ਕਾਰਵਾਈ ਲਈ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵੇਂ ਨੌਜਵਾਨਾਂ ਦੀ ਪਹਿਚਾਣ ਕਰਦੇ ਹੋਏ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਆਰੰਭ ਕੀਤੀ। ਇਸ ਮਾਮਲੇ ਤੇ ਗੱਲ ਕਰਦਿਆਂ ਥਾਣਾ ਸਮਰਾਲਾ ਦੇ SHO ਰਾਓ ਬਰਿੰਦਰ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਨੌਜਵਾਨ ਨਸ਼ੇੜੀ ਕਿਸਮ ਦੇ ਹਨ ਅਤੇ ਨਸ਼ੇ ਦੀ ਹਾਲਤ ਵਿੱਚ ਹੀ ਇਹ ਆਪਸ ਵਿੱਚ ਭਿੜ ਗਏ। ਇਸ ਲੜਾਈ ਵਿੱਚ ਇਹਨਾਂ ਦੋਵਾਂ ਦਾ ਮਾਮੂਲੀ ਸੱਟਾ ਵੀ ਲੱਗੀਆਂ ਹਨ ਅਤੇ ਪੁਲਿਸ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੇਗੀ ਅਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਹੀ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਸਾਡੇ ਕੋਲ ਇੱਕ ਲੜਾਈ ਦਾ ਮਾਮਲਾ ਆਇਆ ਹੈ ਜਿਸ ਵਿੱਚ ਥਾਣਾ ਸਮਰਾਲਾ ਨੂੰ ਇਤਲਾਹ ਦਿੱਤੀ ਜਾਵੇਗੀ। ਅਸਲ ਵਿੱਚ ਜਿਹੜੇ ਬੰਦੇ ਦੋਨੋਂ ਨਸ਼ੇੜੀ ਨੇ ਉਹ ਨਸ਼ੇ ਪਿੱਛੇ ਆਪਸ ਵਿੱਚ ਹੀ ਲੜ ਪਏ। ਪੁਲਿਸ ਸਾਡੀ ਮੌਕੇ 'ਤੇ ਪਹੁੰਚ ਗਈ ਸੀ। ਉਹ ਅਸੀਂ ਜੋ ਵੀ ਕਾਰਵਾਈ ਬਣਦੀ ਉਹ ਕਰ ਰਹੇ ਹਾਂ। ਦੋਨੇ ਲੋਕਲ ਨੇ ਜੀ? ਦੋਨੇ ਲੋਕਲ ਨੇ। ਕਿ ਪਹਿਲਾਂ ਵੀ ਇਹਨਾਂ ਦੇ ਕੋਈ ਪਰਚੇ ਪੁੱਛੇ? ਹਾਂ, ਪਹਿਲਾਂ ਵੀ ਪਰਚੇ ਨੇ ਦੱਸ। ਨਾਮ ਵਗੈਰਾ ਹੈ ਜੀ ਸਾਹਮਣੇ ਇਹਨਾਂ ਦੇ? ਹਾਂ, ਇੱਕ ਕੋਈ ਪ੍ਰਿੰਸ ਨਾਂ ਦਾ ਬੰਦਾ ਹੈ ਅਤੇ ਇੱਕ ਕੋਈ ਮੋਗਰੀ ਨਾਂ ਦਾ ਬੰਦਾ। ਕਿਉਂਕਿ ਸੱਟ ਲੱਗੀ ਹੈ? ਸੱਟ ਹਾਂ, ਕੁਛ ਪਤਾ ਲੱਗਿਆ ਵੀ ਸੱਟ ਲੱਗੀ ਹੈ, ਬਾਕੀ ਤਫਤੀਸ਼ ਕਰੇ ਤਾਂ ਪਤਾ ਲੱਗ। ਕਾਰਨ ਕੁਛ ਪਤਾ ਲੱਗੇ ਕਿਹੜੀ ਗੱਲ 'ਚ ਲੜੇ ਨੇ? ਨਸ਼ੇੜੀ ਨੇ, ਤੁਹਾਨੂੰ ਪਤਾ ਨਸ਼ੇ ਪਿੱਛੇ ਲੜੇ ਤੋਂ ਸਭ ਤੋਂ। ਸ਼ਰੇਆਮ ਬਾਜ਼ਾਰ 'ਚ ਜਿਹੜੀ ਇੱਦਾਂ ਦੀਆਂ ਲੜਾਈਆਂ ਹੋਣਾ, ਸਰ ਕੀ ਕਾਰਵਾਈ ਇਹਨਾਂ 'ਤੇ ਹੋਏਗੀ? ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ ਜੀ। ਤੁਹਾਡੇ ਕੱਲ੍ਹ ਨੂੰ ਚੈਨਲ ਰਾਹੀਂ ਅਸੀਂ ਇਹਦਾ ਮੈਸੇਜ ਵੀ ਦੇ ਦਾਂਗੇ ਵੀ ਕੀ ਕੀਤਾ। ਮੈਂ ਜੀ ਡਾਕਟਰ ਦਵਿੰਦਰ ਕੁਮਾਰ, ਮੈਡੀਕਲ ਅਫਸਰ SGH ਸਮਰਾਲਾ। ਲੜਾਈ ਦਾ ਕੇਸ ਆਇਆ, ਹੁਣ ਚੈੱਕ ਕੀਤਾ, ਉਹਦੀ ਸੱਟ ਹੈਗੀ ਹੈ। ਹੁਣ ਐਕਸਰੇ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਕਿੰਨੀ ਸੱਟ ਹੈਗੀ ਹੈ। ਹੁਣ ਸਰ ਆਏ ਹੀ ਪੇਸ਼ੈਂਟ, ਦੇਖ ਕੇ ਪੱਟੀ ਵਗੈਰਾ ਕਰਾਈ ਹੈ, ਟ੍ਰੀਟਮੈਂਟ ਦਿੱਤਾ, ਫਿਰ ਪਰਚਾ ਕੱਟ ਕੇ ਥਾਣੇ ਨੂੰ ਭੇਜਾਂਗੇ। ਕੀ ਨਾਮ ਕੀ ਹੈ ਜੀ? ਪੇਸ਼ੈਂਟ ਦਾ ਨਾਮ ਹੈਗਾ ਜੀ ਪ੍ਰਿੰਸ ਕੁਮਾਰ ਸਨੋਫ ਇੰਦਰਜੀਤ ਸਿੰਘ। ਤੇ ਕਿੱਥੇ ਦਾ ਰਹਿਣਾ? ਇਹ ਹੈਗਾ ਸਮਰਾਲੇ ਦਾ, ਦੱਸਿਆ ਗਿਆ ਲੋਕਲ। ਇੰਜਰੀ ਸਰ ਕਿੰਨੀ? ਇੰਜਰੀ ਹਜੇ ਤਾਂ ਦੇਖਣ ਨੂੰ ਤਾਂ ਥੋੜੀ ਲੱਗਦੀ ਹੈ, ਪਰ ਐਕਸਰੇ ਕਰਾ ਕੇ ਹੀ ਪਤਾ ਲੱਗੂਗਾ।